ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵੰਤ ਸਿੰਘ ਗਗਨਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਮਹਿਮਾਨ ਹਨ ਜਥੇਦਾਰ ਭੋਲਾ ਸਿੰਘ ਈਸਰਹੇੜੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੁਲਕਾਂ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੁਧਨ ਸਾਦਾ। ਭੋਲਾ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਭੋਲਾ ਸਿੰਘ ਜੀ, ਤੁਸੀਂ ਇਸ ਸਮੇਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਹੋ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ, ਤੁਸੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਦਿਨ ਰਾਤ ਇੱਕ ਕੀਤੀ ਹੋਈ ਹੈ। ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਅਤੇ ਉਸ ਤੋਂ ਬਾਅਦ ਤੁਸੀਂ ਕਿਹੜੇ ਮੁੱਦੇ ਲੈ ਕੇ ਜਾ ਰਹੇ? ਅਸੀਂ ਮਸ਼ਿੰਗਣ ਜੋਨ ਤੋਂ ਜੀ, ਬੀਬੀ ਰਾਜਵਿੰਦਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਖੜ੍ਹੇ ਨੇ, ਸਰਦਾਰ ਭਰਪੂਰ ਸਿੰਘ ਧਨੋਆ ਦੇ ਘਰੋਂ ਨੇ, ਬਹੁਤ ਹੀ ਵਧੀਆ ਕੈਂਡੀਡੇਟ ਨੇ। ਅਸੀਂ ਜਿਹੜੇ ਵੀ ਪਿੰਡ ਜਾਂਦੇ ਹਾਂ ਵੀ ਬਹੁਤ ਹੀ ਵਧੀਆ ਸਾਨੂੰ ਪਿੰਡ ਵਾਸੀਆਂ ਤੋਂ ਹੁੰਗਾਰੇ ਮਿਲ ਰਹੇ ਨੇ, ਅਤੇ ਇਸੇ ਤਰ੍ਹਾਂ ਸਾਨੂੰ ਬਲਾਕ ਸਮਿਤੀ ਜੋਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ, ਮਤਲਬ ਹਰੇਕ ਪਿੰਡ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ ਵਧੀਆ ਸਵਾਗਤ ਹੁੰਦਾ ਅਤੇ ਵਧੀਆ ਪਿੰਡ ਵਾਲੇ ਸਾਨੂੰ ਰਿਸਪੋਂਸ ਦੇ ਰਹੇ ਨੇ। ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਕੋਲ? ਮੁੱਦੇ ਅਸੀਂ ਜੋ ਵੀ ਸਾਡੀ ਸਰਕਾਰ ਨੇ ਪਿੱਛੇ ਕੰਮ ਕੀਤੇ ਹੋਏ ਨੇ ਸਾਰੇ ਹਰ ਪਿੰਡਾਂ ਦੇ ਵਿੱਚ ਕੀਤੇ ਹੋਏ ਨੇ, ਅਸੀਂ ਉਹ ਮੁੱਦੇ ਸਾਰੇ, ਵਿਕਾਸ ਦੇ ਮੁੱਦੇ ਨੇ, ਵਿਕਾਸ ਪਿੱਛੇ ਕਸਰ ਨਹੀਂ ਸਾਡੇ ਛੱਡੀ ਸੀ ਚੰਦੂਮਾਜਰਾ ਸਾਹਿਬ ਨੇ, ਬਹੁਤ ਹੀ ਪਿੰਡਾਂ ਦੇ ਵਿੱਚ ਵਧੀਆ ਕੰਮ ਕਰਾਏ ਨੇ ਅਤੇ ਸੜਕਾਂ ਸਾਡੀਆਂ ਤੁਸੀਂ ਦੇਖੇ ਲਈਆਂ ਵੀ ਤਕਰੀਬਨ ਸਾਡੇ ਸਰਕਲ ਜੁਲਕਾਂ ਦੀਆਂ ਸੜਕਾਂ ਨੇ ਜਿਹੜੀਆਂ ਸਾਰੀ ਤਕਰੀਬਨ ਬਣੀ ਹੋਈਆਂ ਨੇ, ਬਹੁਤ ਇਸ ਵਿਕਾਸ 'ਤੇ ਅਸੀਂ ਚੋਣਾਂ 'ਚ ਜਾ ਕੇ ਪ੍ਰਚਾਰ ਕਰ। ਜਥੇਦਾਰ ਸਾਹਿਬ, ਅਗਰ ਤੁਹਾਡੇ ਉਮੀਦਵਾਰ ਜਿੱਤ ਵੀ ਜਾਂਦੇ ਨੇ, ਕਾਂਗਰਸ ਦੀ ਸਰਕਾਰ ਆ, ਤੁਸੀਂ ਕੰਮ ਕਿਵੇਂ ਕਰਾਓਗੇ? ਸਾਨੂੰ ਤਾਂ ਇੰਨੀ ਆਸ ਹੈ ਵੀ ਅਸੀਂ ਉਰੇ ਆਪਣਾ ਸਾਡੇ ਮੈਂਬਰ ਵੀ ਸਾਰੇ ਬਲਾਕ ਸਮਿਤੀ ਜਿੱਤਣਗੇ ਅਤੇ ਅਸੀਂ ਚੇਅਰਮੈਨ ਵੀ ਆਪਣਾ ਬਣਾਵਾਂਗੇ। ਸਾਨੂੰ ਤਾਂ ਲੋਕਾਂ ਦਾ ਇੰਨਾ ਵਧੀਆ ਹੁੰਗਾਰਾ ਮਿਲਿਆ ਹੋਇਆ ਉਰੇ। ਲੇਕਿਨ ਸਰਕਾਰ ਤੋਂ ਕੰਮ ਕਿਵੇਂ ਕਰੋ? ਸਰਕਾਰ ਤਾਂ ਇੱਦਾਂ ਵੀ ਜਦੋਂ ਅਸੀਂ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਜਦੋਂ ਸਾਡੇ ਚੇਅਰਮੈਨ ਮੈਂਬਰ ਸਾਹਿਬਾਨ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਜਿਹੜੇ ਮਸਲੇ ਨੇ ਆਪ ਉੱਪਰ ਲੈ ਜਾਣਗੇ, ਰੌਲਾ ਪਾਉਣਗੇ, ਤਾਂ ਉਹਨਾਂ ਨੂੰ ਕਰਨਾ ਪੈਣਾ ਕੰਮ ਇਹਦਾ। ਪਿੰਡਾਂ ਦੇ ਕਿਹੜੇ ਵੱਡੇ ਮਸਲੇ ਤੁਹਾਨੂੰ ਨਜ਼ਰ ਆ ਰਹੇ ਜਦੋਂ ਤੁਸੀਂ ਵੋਟਾਂ ਮੰਗਣ ਜਾਂਦੇ ਹੋ, ਜਿਹੜਾ ਤੁਹਾਨੂੰ ਲੱਗਦਾ ਕਿ ਬਹੁਤ ਬੁਰਾ ਹਾਲ ਆ, ਜਿਹਦੇ ਤੋਂ ਲੋਕ ਬਹੁਤ ਦੁਖੀ ਨੇ, ਉਹ ਕਿਹੜੇ ਮਸਲੇ ਨੇ? ਪਿੰਡਾਂ ਦਾ ਜਿਹੜਾ ਨਿਕਾਸ ਹੈ ਨਾ ਜੀ ਪਾਣੀ ਦਾ, ਸਭ ਤੋਂ ਜ਼ਿਆਦਾ ਸਾਨੂੰ ਇਹ ਦਿੱਕਤ ਹੋਈ ਵੀ ਹਰ ਪਿੰਡ ਦੇ ਵਿੱਚ ਹੈ ਵੀ ਇਹ ਨਿਕਾਸ ਹੈ ਜਿਹੜਾ ਪਾਣੀ ਦਾ, ਇਹ ਸਹੀ ਢੰਗ ਨਾਲ ਨਹੀਂ ਕਿੱਥੇ ਹੋਇਆ ਵਾ, ਇਸ ਕਰਕੇ ਜ਼ਿਆਦਾ ਦਿੱਕਤ ਹੈ। ਪਾਰਟੀ ਨੇ ਤੁਹਾਡੀ ਡਿਊਟੀ ਕਿਹੜੇ ਕਿਹੜੇ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਲਾਈ ਹੋਈ ਹੈ? ਇਹ ਸਰਕਲ ਜੁਲਕਾਂ ਦੇ ਵਿੱਚ 64 ਪਿੰਡ ਪੈਂਦੇ ਨੇ ਜੀ, ਅਸੀਂ 64 ਪਿੰਡਾਂ ਦੇ ਵਿੱਚ ਦਿਨ ਰਾਤ ਇੱਕ ਕੀਤੀ ਹੋਈ ਹੈ ਪਾਰਟੀ ਪਿੱਛੇ, ਸਾਰੇ ਬਲਾਕ ਸਮਿਤੀ ਜਿਹੜੇ ਸਾਡੇ ਜੋਨ ਨੇ ਵਿੱਚ ਆਉਂਦੇ ਨੇ, ਇੱਕ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਆਉਂਦੀ ਹੈ, ਇਹ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਪਿੰਡਾਂ ਦੇ ਵਿੱਚ। ਤੁਹਾਡੇ ਜੋ ਉਮੀਦਵਾਰ ਆ, ਇਹਨਾਂ ਦੀ ਕੀ ਸਥਿਤੀ ਲੱਗਦੀ ਹੈ ਤੁਹਾਨੂੰ? ਸਾਨੂੰ ਬਹੁਤ ਵਧੀਆ ਵੀ ਸਾਡੇ ਸਰਕਲ ਜੁਲਕਾਂ ਦੇ ਵਿੱਚ, ਮੇਰਾ ਖਿਆਲ ਹੈ ਵੀ ਸਾਡੇ ਸਾਰੇ ਹੀ ਜਿਹੜੇ ਬਲਾਕ ਸਮਿਤੀ ਦੇ ਮੈਂਬਰ ਨੇ ਉਹ ਸਾਰੇ ਜਿੱਤਣਗੇ ਅਤੇ ਸਾਡਾ ਜੋਨ ਵੀ ਪਹਿਲੇ ਨੰਬਰ 'ਤੇ ਆਊਗਾ ਜ਼ਿਲ੍ਹਾ ਪ੍ਰਸਿੱਧ ਦਾ। ਜਦੋਂ ਵੋਟਾਂ ਆਉਂਦੀਆਂ ਜਥੇਦਾਰ ਸਾਹਿਬ, ਉਦੋਂ ਸਾਰੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਲੋਕ ਆ, ਉਹ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਆ, ਇਲੈਕਸ਼ਨ ਤੋਂ ਬਾਅਦ ਕੋਈ ਵੀ ਉਹਨਾਂ ਦੀ ਸਾਰ ਲੈਣ ਨਹੀਂ ਜਾਂਦਾ? ਇਹੋ ਜਿਹੀ ਗੱਲ ਨਹੀਂ ਜੀ, ਸਾਡੇ ਜਿਹੜੇ MLA ਸਾਹਿਬ ਨੇ ਸਾਡੀ ਪਿੱਠ 'ਤੇ ਖੜ੍ਹੇ ਨੇ, ਬਹੁਤ ਹੀ ਵਧੀਆ ਨੇ, ਅਤੇ ਜਦੋਂ ਵੀ ਜੇ ਰਾਤ ਨੂੰ ਵੀ ਅਸੀਂ ਕਦੇ ਫੋਨ ਕਰ ਲਓ ਉਦੋਂ ਵੀ ਚੁੱਕਦੇ ਨੇ, ਅਤੇ ਇਹੋ ਜਿਹੀ ਗੱਲ ਨਹੀਂ ਵੀ ਸਾਨੂੰ ਕਿੱਥੇ ਦਿੱਕਤ ਆਊਗੀ ਜੀ। ਇੱਕ ਹੋਰ ਮਸਲਾ ਜੋ ਵੇਖਣ ਵਿੱਚ ਆਇਆ, ਭਾਵੇਂ ਕਿਸੇ ਦੀ ਵੀ ਸਰਕਾਰ ਹੋਵੇ, ਜਦੋਂ ਸਰਕਾਰ ਬਦਲਦੀ ਆ ਤਾਂ ਜੋ ਪੰਚਾਇਤਾਂ ਹੁੰਦੀਆਂ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਆਉਂਦੀ ਆ, ਜੋ ਵਿਰੋਧੀ ਧਿਰ ਦੀਆਂ ਪੰਚਾਇਤਾਂ, ਜੋ ਵਿਰੋਧੀ ਪਾਰਟੀ ਦੀਆਂ ਪੰਚਾਇਤਾਂ ਹੁੰਦੀਆਂ ਨੇ, ਉਹਨਾਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਨੇ। ਇਹਦੇ ਲਈ
ਕੋਈ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਪੰਚਾਇਤਾਂ ਦੇ ਕੋਲ ਕੋਈ ਅਜਿਹੇ ਅਧਿਕਾਰ ਹੋਣ ਜਿਹਦੇ ਨਾਲ ਉਹ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਜੋ ਵੀ ਹੈਗਾ ਜੀ, ਇਹ ਹੈਗਾ ਤਾਂ ਗਲਤ ਹੈ ਬਹੁਤ। ਸਾਡੇ ਸਰਪੰਚਾਂ ਦੇ ਪਿੱਛੇ ਪਰਚੇ ਕਰੇ ਗਏ ਨੇ, ਦਬਾਅ ਪਾਇਆ ਗਿਆ ਅਤੇ ਕਾਂਗਰਸ ਦੇ ਵਿੱਚ ਸ਼ਾਮਿਲ ਕਰੇ ਗਏ ਨੇ, ਧੱਕੇਸ਼ਾਹੀ ਨਾਲ ਹੀ ਕਰੇ ਗਏ ਨੇ ਜਿੰਨੇ ਵੀ ਕਰੇ ਗਏ ਨੇ। ਇਹ ਹੋ ਜਾਂਦਾ ਬੁਜ਼ਾਰਤ ਦੇ ਵਿੱਚ ਇਹੋ ਜਿਹਾ, ਨਹੀਂ ਤਾਂ ਸਾਡੇ ਸ਼ੁਰੂ ਤੋਂ ਅਕਾਲੀ ਸਰਪੰਚ ਚੱਲੇ ਆ ਰਹੇ ਸੀ, ਪਰ ਉਹਨਾਂ ਨੂੰ ਧੱਕੇ ਨਾਲ ਮਜਬੂਰ ਕਰਕੇ ਉਹਨਾਂ 'ਤੇ ਕਿਸੇ ਦੇ ਪਰਚਾ ਪਾ, ਕਿਸੇ ਦੇ ਕੇਸ ਪਾ, ਕਿਸੇ ਦੀ ਇਨਕੁਆਇਰੀ ਕਰਾ, ਉਹਨਾਂ ਨੂੰ ਧੱਕੇ ਨਾਲ ਇਹਨਾਂ ਨੇ ਆਪਣੇ ਵਿੱਚ ਸ਼ਾਮਿਲ ਕੀਤਾ। ਪਿਛਲੇ ਕੁਝ ਦਿਨਾਂ ਤੋਂ ਕੁਝ ਸਰਪੰਚ ਤੁਹਾਡੀ ਪਾਰਟੀ 'ਚ ਵੀ ਸ਼ਾਮਿਲ ਹੋਏ, ਤੁਸੀਂ ਕੀ ਉਹਨਾਂ ਨੂੰ ਕਿਸ ਤਰ੍ਹਾਂ ਸ਼ਾਮਿਲ ਕੀਤਾ, ਕੋਈ ਲਾਲਚ ਦੇ ਕੇ ਜੋ ਆਪਣੇ ਆਪ ਸ਼ਾਮਿਲ ਹੋਏ? ਨਹੀਂ, ਉਹ ਇੱਧਰੋਂ ਤੰਗ ਆ ਗਏ ਕਾਂਗਰਸ ਤੋਂ, ਉਹਨਾਂ ਨੇ ਉਹਨਾਂ ਦੀ ਕਾਗਜ਼ਾਰੀ ਜਿਹੜੀ ਦੇਖੀ ਹੈ ਨਾ, ਵੀ ਇਹ ਠੀਕ ਨਹੀਂ ਹੈਗੀ ਇਹਨਾਂ ਦੀ ਨੀਤੀ, ਉਹ ਇਸ ਕਰਕੇ ਫਿਰ ਸਾਡੇ 'ਚ ਸ਼ਾਮਿਲ ਹੋ ਗਏ ਜੀ। 19 ਤਰੀਕ ਨੂੰ ਵੋਟਾਂ ਪੈਣੀਆਂ, ਆਖਿਰ ਵਿੱਚ ਤੁਸੀਂ ਆਪਣੇ ਵੋਟਰਾਂ ਅਤੇ ਵਰਕਰਾਂ ਨੂੰ ਕੀ ਸੁਨੇਹਾ ਦਿਓਗੇ? ਅਮਨ ਅਤੇ ਅਮਾਨ ਨਾਲ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਚੋਣਾਂ ਅਸੀਂ 19 ਤਰੀਕ ਨੂੰ ਕਰਾਵਾਂਗੇ ਅਤੇ ਆਪਣੀ ਜਿੱਤ ਹਾਸਲ ਕਰਾਂਗੇ। ਭੋਲਾ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਭਾਗ ਲਿਆ, ਬਹੁਤ ਬਹੁਤ ਧੰਨਵਾਦ। ਇਹ ਸਨ ਜਥੇਦਾਰ ਭੋਲਾ ਸਿੰਘ ਸਰਕਲ ਜੁਲਕਾਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੋਦਨਸਾਹ ਦਾ। ਇਸ ਦੇ ਨਾਲ ਹੀ ਕੁਲਵੰਤ ਸਿੰਘ ਅਗੜਪੁਰੀ ਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।